ਅੱਜ ਅਸੀਂ ਜਿਹੜਾ ਸੰਵਾਦ ਰਚਾਉਣ ਜਾ ਰਹੇ ਹਾਂ ਉਹ ਬਹੁਤ ਮਹੱਤਵਪੂਰਨ ਵਿਸ਼ੇ 'ਤੇ ਆ। ਵਾਤਾਵਰਣ ਵਿਸ਼ਾ ਇਸ ਵੇਲੇ ਬਹੁਤ ਹੀ ਗੰਭੀਰਤਾ ਨਾਲ ਲੈਣ ਵਾਲਾ ਵਿਸ਼ਾ ਹੈ, ਜਿਹਦੇ ਲਈ ਇਹ ਜਿਹੜਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਡਾਕਟਰ ਅਜੇ ਸਾਹਨੀ ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਆਏ, ਮੈਡਮ ਰਾਜਵਿੰਦਰ ਇੱਕ ਪ੍ਰੋਜੈਕਟ ਦੇ ਅਧੀਨ ਕਰ ਰਹੇ, ਜਿਹੜਾ ਪੰਜਾਬ ਨੂੰ ਮਿਲਿਆ ਪ੍ਰੋਜੈਕਟ ਆ, ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਇੱਕ ਇੱਕ ਪ੍ਰੋਗਰਾਮ ਜਿਹੜਾ ਕੀਤਾ ਜਾਣਾ, ਕੁਛ ਯੂਨੀਵਰਸਿਟੀਆਂ 'ਚ ਹੋ ਗਿਆ ਅਤੇ ਸਾਡੇ ਇੱਥੇ ਅੱਜ ਹੋ ਰਿਹਾ। ਮੈਂ ਸਮਝਦਾ ਡਾਕਟਰ ਸਾਹਨੀ ਜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸ਼ੁਰੂ ਤੋਂ ਇਸ ਗੱਲ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਆ, ਖੇਤੀ ਖੋਜ ਦੇ ਨਾਲ ਨਾਲ ਕਿ ਵਾਤਾਵਰਣ ਦੀ ਜਿਹੜੀ ਸ਼ੁੱਧਤਾ ਉਹਦੇ ਵਿੱਚ ਇਸ ਟੀਮ ਨੇ ਬਹੁਤ ਕੰਟਰੀਬਿਊਟ ਕੀਤਾ। ਸ਼ਾਇਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 550 ਸਾਲ ਪਹਿਲਾਂ ਸਾਨੂੰ ਇੱਕ ਸੰਦੇਸ਼ ਦਿੱਤਾ ਕਿ ਇਸ ਧਰਤੀ ਨੂੰ ਆਪਣੀ ਮਾਂ ਸਮਝੀਏ, ਪਾਣੀ ਨੂੰ, ਹਵਾ ਨੂੰ, ਮਤਲਬ ਇੰਨਾ ਸਤਿਕਾਰ ਦੇਈਏ। ਤਾਂ ਤੁਸੀਂ ਕਦੇ ਸੋਚਿਆ ਵੀ ਗੁਰੂ ਸਾਹਿਬ ਨੂੰ 550 ਸਾਲ ਪਹਿਲਾਂ ਕੀ ਲੋੜ ਪੈ ਗਈ ਸੀ? ਉਸ ਵੇਲੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਵਾਤਾਵਰਨ ਦੀ, ਉਸ ਵੇਲੇ ਤਾਂ ਧਰਤੀ ਵੀ ਸਾਫ਼ ਸੀ, ਪਾਣੀ ਵੀ ਸਾਫ਼ ਸੀ, ਹਵਾ ਵੀ ਸਾਫ਼ ਸੀ। ਪਰ ਗੁਰੂ ਸਾਹਿਬ ਦੀ ਦ੍ਰਿਸ਼ਟੀ ਸੀ, ਉਹਨਾਂ ਨੂੰ ਪਤਾ ਸੀ ਕਿ ਦੁਨੀਆ ਨੇ ਇੰਨੀ ਤਰੱਕੀ ਕਰਨੀ ਆ, ਉਸ ਤਰੱਕੀ ਦੇ ਵਿੱਚ ਆਪਣਾ ਆਪ ਭੁੱਲ ਜਾਣਾ, ਅਤੇ ਆਪਣਾ ਆਪ ਭੁੱਲਣ ਦਾ ਸਭ ਤੋਂ ਵੱਡਾ ਅੱਜ ਨਤੀਜਾ ਸਾਡੇ ਸਾਹਮਣੇ ਆ ਕਿ ਅਸੀਂ ਉਸ ਤਰੱਕੀ ਦੇ ਵਿੱਚ ਇੰਨਾ ਕੁਛ ਗੰਧਲਾ ਕਰ ਲਿਆ ਕਿ ਅਸੀਂ ਉਸ ਵਾਤਾਵਰਨ ਨੂੰ ਵੀ ਗੰਧਲਾ ਕਰਤਾ, ਅਸੀਂ ਇਸ ਧਰਤੀ ਨੂੰ ਜਿਹੜੀ ਸਾਡੀ ਮਾਂ ਇਹਦੀ ਪਰਵਾਹ ਨਹੀਂ ਕੀਤੀ, ਹਵਾ ਦੀ ਪਰਵਾਹ ਨਹੀਂ ਕੀਤੀ, ਪਾਣੀ ਦੀ ਪਰਵਾਹ ਨਹੀਂ ਕੀਤੀ। ਪਾਣੀਆਂ ਦੀ ਲੜਾਈ ਇਸ ਵੇਲੇ ਲੜੀ ਜਾ ਰਹੀ ਆ ਵਾਰਡ ਲੈਵਲ 'ਤੇ। ਸੋ ਇਸ ਕਰਕੇ ਇਸ ਵਿਸ਼ੇ 'ਤੇ ਵਿਚਾਰ ਚਰਚਾ ਹੋਣੀ ਬਹੁਤ ਜ਼ਰੂਰੀ ਹੈ।